ਹਾਂਜੀ ਤਾਂ ਆਹ ਦੇਖੋ ਕਿੰਨੇ ਖਿਡਾਰੀ ਸੈਨ ਹੋਜ਼ੇ ਲਈ ਨਹੀਂ ਖੇਡਦੇ ਸੀ ਕੋਵਿਡ ਪ੍ਰੋਟੋਕਾਲ ਕਰਕੇ ਤਾਂ ਇਹਨਾਂ ਦਾ ਕੋਚ ਵੀ ਅਵੇਲੇਬਲ ਨਹੀਂ ਸੀ ਸੋ ਆਹ ਦੇਖੋ ਕਮਾਲ ਦੇ ਖਿਡਾਰੀ ਏਰਿਕ ਕਾਰਲਸਨ ਵਰਗੇ ਲੋਗਨ ਕਟੂਰ ਕਾਗਲੀਅਨ ਵੈਟਰਨ ਜਿਹੜਾ ਫੋਰਵਰਡ ਹੈਗਾ ਤਾਂ ਕੁਛ ਨੌਜਵਾਨ ਵੀ ਤਾਂ ਜਿਵੇਂ ਕਿਹਾ ਮੈਂ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਬੌਬ ਬੂਗਨਰ ਬੈਂਚ ਦੇ ਪਿੱਛੇ ਨਹੀਂ ਸੀ ਸੋ ਅਸਿਸਟੈਂਟ ਕੋਚ ਉਹ ਜ਼ਿੰਮੇਵਾਰੀ ਸੰਭਾਲੀ ਸੀ ਤਾਂ ਇੱਥੇ ਜੋ ਵੀ ਹੋਇਆ ਫਿਰ ਇਹਨਾਂ ਨੇ ਲੱਭ ਲਿਆ ਗੋਲ ਥੋਮਸ ਹਰਡਲ ਹਰਡਲ ਤੀਜਾ ਗੋਲ ਸੀਜ਼ਨ ਦਾ ਆਇਆ ਤੇਜ਼ ਰਫ਼ਤਾਰ ਨਾਲ ਪਿਛਲੇ ਦਰਵਾਜ਼ੇ ਥਾਣੀ ਤੇ ਕਰ ਦਿੱਤਾ ਗੋਲ ਕਿਆ ਬਾਤ ਜੀ ਦਾ ਇੱਕ ਹੋਰ ਇੱਥੇ ਮੌਕਾ ਹੋਣ ਵਾਲਾ ਸੀ ਇੱਥੇ ਡਿੱਗ ਗਿਆ ਕੋਰਨਰ ਹੈਲਬਕ ਪਰ ਆਹ ਦੇਖਿਓ ਪੱਕ ਆਉਣਾ ਹੈ ਹਰਡਲ ਦੇ ਕੋਲ ਰੈਪ ਅਰਾਊਂਡ ਕਰਕੇ ਤਾਂ ਬੱਚਾ ਗਏ ਜੀ ਕੋਰਨਰ ਹੈਲਬਕ ਹੈਲਬਕ ਕਹਿੰਦਾ ਨਾ ਬਈ ਨਾ ਹੁਣ ਨਹੀਂ ਤੈਨੂੰ ਹਰਟ ਕਰਨ ਦੇਣਾ ਆ ਬੱਲੇ ਬੱਲੇ ਇੱਕ ਸਿਫਤ ਚੱਲ ਰਿਹਾ ਸੀ ਮੁਕਾਬਲਾ ਤਾਂ ਵਿਨਪੇਗ ਨੇ ਲੱਭ ਲਿਆ ਗੋਲ ਕਾਇਲ ਕੋਰਨਰ ਇਹਦੀ ਹਾਕੀ ਨੂੰ ਤਾਂ ਜੀ ਅੱਗ ਲੱਗੀ ਹੋਆ 7 ਗੋਲ ਕਰ ਚੁੱਕਾ ਇਸ ਸੀਜ਼ਨ ਕਾਇਲ ਕੋਰਨਰ ਕੀ ਬਾਤ ਜੀ ਇੱਥੇ ਹੁਣ ਅਸੀਂ ਜਾਣੇ ਆ ਓਵਰ ਟਾਈਮ 'ਚ ਤਾਂ ਓਵਰ ਟਾਈਮ 'ਚ ਇੱਥੇ ਗੋਲ ਨਹੀਂ ਦੇਖਣ ਨੂੰ ਮਿਲਣਾ ਪੈਨਲਟੀ ਦੇਖਣ ਨੂੰ ਮਿਲਣੀ ਆ ਆ ਰਿਹਾ ਸੀ ਬ੍ਰੈਂਟ ਬਰਨਸ ਇਹਨੂੰ ਢਾ ਲਿਆ ਇੱਥੇ ਨਿਕਲਾ ਈਲਰਸ ਨੂੰ ਤਾਂ ਪੈਨਲਟੀ ਹੋ ਗਈ ਓਵਰ ਟਾਈਮ ਦੇ ਵਿੱਚ ਈਲਰਸ ਵੀ ਕਹਿੰਦਾ ਮੈਨੂੰ ਪੈਨਲਟੀ ਸ਼ਰੇਆਮ ਪੈਨਲਟੀ ਸੀ ਪਰ ਓਵਰ ਟਾਈਮ ਦੇ ਵਿੱਚ ਇੱਥੇ ਅਸੀਂ ਦੇਖ ਰਹੇ ਹਾਂ ਕਿਹਨੇ ਕਰਨਾ ਗੋ ਟੀਮੋ ਮਾਇਰ ਮਹਿੰਗੀ ਪੈ ਗਈ ਜੀ ਪੈਨਲਟੀ ਮਹਿੰਗੀ ਪੈ ਗਈ ਟੀਮ